वाहे गुरु वाहे गुरु कदी कदी किता चेंज होता है सी बोरिंग लगता है कदी कदी फिर ऐसा भी बनूंगी नहीं गल करना तो रूटीन सी पैना बेशक 15-15 मिनट करो ठीक है रूटीन से पहले 15-15 मिनट करो फिर 20 मिनट करना फिर 25 मिनट करना पर स्टार्टिंग ऐसा करो जे रूटीन से नहीं करोगे ना फिर गड़बड़ हो जाएगी ठीक है स्टार्ट करो आवाज कट के तानपुरे की आवाज ज्यादा आ रही है थोड़ा जा हटाओ ना ठीक है तो बोलो अगर पता लगेगा लगाए थोड़ा जा दम नाल पढ़ के क्योंकि थोड़ी दिन हुए है ना स्नो पे ही थे ठंड लग गई अच्छा 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 कोई नहीं हूँ गला खराब है यार थोड़ी थोड़ी खांसी है इन्ना नहीं है ठीक है गले नाल कोई इफेक्ट नहीं पैंदा जे गला खराब है असी पेट तो गाना है ठीक है जे गला खराब है तां भी चलदा है बस थोड़ा जा पता लगदा है गला खराब है ठीक है ਅਸੀਂ ਪੇਟ ਤੋਂ ਗਾਣਾ ਵੇ ਜ਼ੋਰ ਪੇਟ ਤੋਂ ਰੱਖੋ ਤੁਸੀਂ ਅਜੇ ਪੇਟ ਤੋਂ ਨਹੀਂ ਗਾ ਰਹੇ ਪੇਟ ਤੋਂ ਗਾ ਰਹੇ ਹੁੰਦੇ ਮੈਨੂੰ ਪਤਾ ਲੱਗ ਜਾਂਦਾ ला रहे हो तुसी हां जी तुसी की ला रहे हो तुसी हुने नी नी लाया सी पर तुसी नी नी ना लगा रहे
ਚੜੇ ਹੋਇਆ ਕੀ ਲਗਾਵਾ ਬੀ ਚੜੇ ਹੋਇਆ ਕੰਨ ਤੋਂ ਪਿੱਛੇ ਕਰੋ ਬਹੁਤ ਜ਼ਿਆਦਾ ਆਵਾਜ਼ ਹੈ ਇਹਦੀ ਹਾਂ ਠੀਕ ਹੈ ਇੰਨੀ ਆਵਾਜ਼ ਥੋੜਾ ਜਿਹਾ ਅੱਗੇ ਕਰੋ ਤਾਂ ਪੂਰਾ ਬਿਲਕੁਲ ਆਵਾਜ਼ ਗਾਇਬ ਹੋ ਗਈ ਬਸ ਇਸ ਵਾਰੀ ਸਾਤ ਵਾਰ ਨੀ ਲਗਾਓ ਚੜਿਆ ਹੋਇਆ ਲੱਗ ਰਿਹਾ ਪਹਿਲੇ ਸਾਹ ਲਗਾਓ ਫਿਰ ਨੀ ਮੈਨੇ ਇਸ ਵਾਰੀ ਪਤਾ ਲੱਗਿਆ ਸੀ ਤੁਹਾਡੀ ਆਵਾਜ਼ ਵਿੱਚ ਕੱਟਦੀ ਪਈ ਹੈ ਨੈਟਵਰਕ ਦੀ ਇਸ਼ੂ ਹੋਣਾ ਇੱਥੇ ਹੈਲੋ ਹੁਣ ਆ ਰਹੀ ਹੈ ਇਹਦੀ ਜਿਹੜੀ ਵੋਲਿਊਮ ਹੈ ਨਾ ਉਹ ਹੁਣ ਤੱਕ ਵੱਧਣ ਦੇਖੀ ਥੋੜੀ ਜਿਹੀ ਪਰ ਹੁਣ ਤੱਕ ਉੱਥੇ ਹੀ ਖੜੀ ਹੈ ਇਹਦਾ ਮਤਲਬ ਕੀ ਹੈ ਕਿ ਤੁਸੀਂ ਰਿਆਜ਼ ਨਹੀਂ ਕੀਤਾ ਵੱਧ ਜਾਂਦੀ ਹੈ ਮਤਲਬ ਥੋੜਾ ਜਿਹਾ ਅਹਿਸਾਸ ਹੁੰਦਾ ਕਿ ਤੁਸੀਂ ਪ੍ਰੈਕਟਿਸ ਕੀਤੀ ਹੈ ਵੋਲਿਊਮ ਥੋੜੀ ਜਿਹੀ ਵੱਧ ਜਾਣੀ ਚਾਹੀਦੀ ਸੀਗੀ ਔਰ ਥੋੜਾ ਜਿਹਾ ਭਰਾਵ ਆਉਣਾ ਚਾਹੀਦਾ ਸੀ ਵੋਇਸ 'ਚ ਜੇ ਭਰਾਵ ਨਹੀਂ ਹੈ ਹੁੰਦਾ ਨਹੀਂ ਮੈਂ ਤਾਂ
ਪਿਛਲੀ ਵਾਰ ਤੇ ਲਗਾਇਆ ਸੀ। ਪਿਛਲੀ ਵਾਰ ਇੱਥੇ ਲਗਾਇਆ ਸੀਗਾ। ਤੁਹਾਡੇ ਤੇ ਥੋੜਾ ਬਹੁਤ ਲੱਗਿਆ ਸੀਗਾ। ਥੋੜਾ ਥੋੜਾ ਲੱਗਦਾ ਹੈ ਪਰ ਉੱਚੀ ਨਹੀਂ ਹੈ, ਲਾਈਕ ਆਵਾਜ਼ ਇੱਥੇ ਉਹਨੂੰ ਕਰਨਾ ਤੇ ਪਏਗਾ ਨਾ, ਹੈ ਨਾ। ਮੈਂ ਕਿਹਾ ਸੀ ਨਾ ਕਿ ਪਾਠ ਤੋਂ ਲੈ ਕੇ ਪਾਠਕ ਦਾ ਪਲਟਾ ਅਸੀਂ ਕਰਨਾ, ਤੇ ਉਸ ਵਿੱਚ ਤੁਹਾਡਾ ਪਾ ਲੱਗ ਗਿਆ ਸੀਗਾ, ਹੈ ਨਾ। ਦੁਬਾਰਾ ਆਓ, ਸਾ ਨੀ ਧਾ ਪਾ। ਫੇਰ ਤੋਂ ਗਾਓ, ਗੱਦੇ ਤੋਂ ਗਾ ਰਹੇ ਹੋ। ਸਾ ਪਤਾ ਕਿੱਦਾਂ ਲੈਣਾ, ਕਿੱਦਾਂ ਮੈਂ ਸਿਖਾਇਆ ਸੀਗਾ, ਸਿਖਾਇਆ ਸੀਗਾ ਇੱਥੋਂ ਨਹੀਂ, ਮਤਲਬ ਜਦ ਗਾਣਾ ਹੈ ਤਾਂ ਪੇਟ ਕਿੱਦਾਂ ਹੋਣਾ ਚਾਹੀਦਾ, ਜਦ ਨਹੀਂ ਗਾਣਾ ਹੈ ਤਾਂ ਕਿੱਦਾਂ ਹੋਣਾ ਚਾਹੀਦਾ। ਵਿੱਚ ਜਾਣਾ ਚਾਹੀਦਾ ਹੈ ਜਦੋਂ ਗਾਣਾ ਹੈ, ਹਵਾਈ ਸਿੰਗਿੰਗ ਵਿੱਚ ਜਾਏਗਾ। ਫਿਰ ਜਦੋਂ ਫਿਰ ਬਾਅਦ ਚ ਬਾਹਰ ਆ ਜਾਓ। ਪਹਿਲਾਂ ਜਦ ਸਟਾਰਟ ਕਰੋਗੇ ਪੇਟ ਨਾਰਮਲ ਰਹੇਗਾ, ਜਦ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਸਾਹ ਘੱਟ ਹੋ ਰਿਹਾ, ਤਾਂ ਤੁਸੀਂ ਹੌਲੀ 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 ਆਪਣਾ ਕਰਕੇ ਪੇਟ ਅੰਦਰ ਨੂੰ ਲੈ ਕੇ ਜਾਓਗੇ, ਫਿਰ ਵਾਪਿਸ ਉਹ ਫਿਰ ਆ ਜਾਏਗਾ। ਇੱਦਾਂ ਹੀ ਇਸ ਪ੍ਰਕਿਰਿਆ ਨੂੰ ਅਸੀਂ ਫੋਲੋ ਕਰਨਾ ਹੈ। ਇਹ ਪ੍ਰਕਿਰਿਆ ਫੋਲੋ ਕਰੋਗੇ ਤਾਂ ਤੁਹਾਡੇ ਜਾ ਕੇ ਪੇਟ ਚ ਮਤਲਬ ਪੇਟ ਤੋਂ ਜ਼ੋਰ ਪਏਗਾ, ਪੇਟ ਤੋਂ ਫਿਰ ਚੈਸਟ ਤੋਂ ਆਏਗਾ, ਚੈਸਟ ਤੋਂ ਫਿਰ ਬਾਹਰ ਆਏਗਾ, ਠੀਕ ਹੈ। ਇਸ ਪ੍ਰਕਿਰਿਆ ਨੂੰ ਫੋਲੋ ਕਰਨਾ ਹੈ। ਸਟ੍ਰੇਟ ਬੈਠੇ ਹੋ, ਹਾਂਜੀ ਚਲੋ। ਦੁਬਾਰਾ ਠੀਕ ਹੈ, ਵੈਰੀ ਗੁੱਡ। ਤਾਂ ਠੀਕ ਹੈ, ਦੁਬਾਰਾ ਲਗਾ ਲੱਗ ਰਿਹਾ ਸੀ ਥੋੜਾ ਥੋੜਾ। ਇਟਸ 14 ਆਵਰਸ। ਵੌਇਸ ਨਹੀਂ ਆਈ ਤੁਹਾਡੀ? ਨਹੀਂ ਨਹੀਂ ਵੋਇਸ ਨਹੀਂ ਆ ਰਹੀ। ਨਹੀਂ ਆ ਰਹੀ। ਹਾਂ, ਤਾਨਪੁਰਾ ਵੀ ਵਿੱਚ ਵਿੱਚ ਘੱਟ ਘੱਟ ਵੱਜ ਰਿਹਾ। ਮੈਂ ਹੌਲੀ ਕਰਤਾ, ਮੈਂ ਫੇਰ ਕਰਦੀ। ਨੀ ਧਾ ਪਾ ਤੇ ਆਓ, ਨੀ ਲਗਾਓ ਫਿਰ ਧਾ ਫਿਰ ਪਾ। ਠੀਕ ਹੈ, ਨੀ ਮੈਂ
ਦੀ ਆਵਾਜ਼ ਹੁਣ ਕੱਟ ਰਹੀ ਹੈ। ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ, ਹੁਣ ਠੀਕ ਹੈ? ਮੈਂ ਕਿਹਾ ਸੁਰ ਚੜ ਗਿਆ ਸੀ, ਨੀ ਦੁਬਾਰਾ ਲਗਾਓ। ਫਿਰ ਚੜ ਗਿਆ। ਚੜ ਗਿਆ, ਸਾਹ ਵੱਲ ਨੂੰ ਚਲਾ ਜਾਂਦਾ ਹੈ। ਬਹੁਤ ਬਾਰ ਚੜ ਰਿਹਾ ਸੀ, ਫਿਰ ਤੁਸੀਂ ਪਕੜਿਆ, ਮਤਲਬ ਜਬਰਦਸਤੀ ਖਿੱਚ ਕੇ ਨੀਚੇ ਲਿਆ ਰਹੇ ਹੋ, ਪਰ ਚੜ ਰਿਹਾ ਸੁਰ। ਸਾਹ ਲਗਾਓ, ਸਾਤ ਵਾਰ ਅੱਗੇ ਚਲੋ। ਹੁਣ ਸਾਰੇ ਗਾਮ ਆਪਾਂ ਮਧੇ ਸਭ ਤੱਕ ਮਾਪਾ ਨਹੀਂ ਲੱਗਿਆ। ਔਨਲਾਈਨ ਥੋੜਾ ਜਿਹਾ ਔਖਾ ਹੁੰਦਾ ਹੈ।
ਸਵਰਾਂ ਨੂੰ ਪਹਿਚਾਨਣਾ ਮੈਨੂੰ ਥੋੜਾ ਜਿਹਾ ਡਿਫਿਕਲਟ ਹੁੰਦਾ ਹੈ ਤੁਹਾਨੂੰ ਕਿ ਤੁਸੀਂ ਠੀਕ ਗਾ ਵੀ ਰਹੇ ਹੋ ਜਾਂ ਨਹੀਂ, ਫਰਕ ਆਉਂਦਾ ਨਾ ਥੋੜਾ ਜਿਹਾ, ਉਹ ਫਰਕ ਪਤਾ ਨਹੀਂ ਲੱਗਦਾ। ਚਲੋ ਕੋਈ ਨਹੀਂ, ਤੁਸੀਂ ਦੇਖ ਰਹੇ ਹੋਗੇ ਕਿ ਤੁਸੀਂ ਹਜੇ ਬਹੁਤ ਸੁਰਾਂ ਚ ਕੱਚੇ ਹੋ, ਇਸ ਸਵਰਨ ਨੂੰ ਪੱਕਾ ਕਰਨਾ ਹੈ। ਪੱਕਾ ਕਿੱਦਾਂ ਹੋਏਗਾ? ਰਿਆਜ਼ ਕਰਨ ਨਾਲ, ਠੀਕ ਹੈ? ਜਿਹੜੇ ਤੁਹਾਡੇ ਮਧਿਅ ਸਪਤਕ ਦੇ ਵੀ ਜਿਹੜੇ ਸਵਰ ਨੇ ਉਹ ਬਹੁਤ ਕੱਚੇ ਨੇ, ਇਸ ਲਈ ਤੁਸੀਂ ਕੋਈ ਵੀ ਸ਼ਬਦ ਗਾਓਗੇ ਜਾਂ ਲਾਈਟ ਮਿਊਜ਼ਿਕ ਗਾਓਗੇ, ਕੁਛ ਵੀ ਗਾਓਗੇ ਤਾਂ ਕੱਚਾ ਕੱਚਾ ਪਣ ਜਿਹਾ ਆਏਗਾ, ਹੈ ਨਾ? ਤੇ ਪਹਿਲੇ ਅਸੀਂ ਸਵਰਾਂ ਨੂੰ ਪਕਾਉਣਾ ਹੈ, ਆਪਣੇ ਗਲੇ 'ਚ ਇੰਨਾ ਵਸਾ ਲੈਣਾ ਕਿ ਉਹਦੀ ਸਾਊਂਡ ਬਿਲਕੁਲ ਮਧੁਰ ਲੱਗੇ, ਸਾਹਮਣੇ ਵਾਲੇ ਦੇ ਕੰਨਾਂ ਨੂੰ ਬਿਲਕੁਲ ਸੁਣਨ 'ਚ ਅੱਛੀ ਲੱਗੇ, ਤਾਂ ਹੀ ਰਸ ਬਣੇਗਾ। ਰਸ ਬਣੇਗਾ, ਪਹਿਲੇ ਆਪਣੇ ਆਪ ਨੂੰ ਰਸ ਆਏਗਾ, ਤਾਂ ਦੂਜਿਆਂ ਨੂੰ ਅਸੀਂ ਰਸ ਦੇ ਸਕਾਂਗੇ, ਠੀਕ ਹੈ? ਤੇ ਇਸ ਲਈ ਸਭ ਤੋਂ ਪਹਿਲਾਂ ਸਾਡਾ ਕੰਮ ਇਹ ਹੈਗਾ ਕਿ ਅਸੀਂ ਆਪਣੇ ਸਵਰਾਂ ਨੂੰ ਪੱਕਾ ਕਰਨਾ ਹੈ, ਔਰ ਉਹਦੇ ਲਈ ਰੋਜ਼ ਰਿਆਜ਼ ਕਰਨਾ ਪਏਗਾ। ਹਾਂਜੀ, ਇਹਦੇ 'ਚ ਢਿੱਲ ਨਹੀਂ ਦੇਣੀ। ਨਿਤਨੇਮ 'ਚ ਢਿੱਲ ਦਿੰਦੇ ਹੋ? ਨਹੀਂ ਨਾ, ਤੇ ਇਹਦੇ 'ਚ ਵੀ ਨਹੀਂ ਦੇਣੀ। ਨਿਤਨੇਮ ਵਾਂਗੂ ਸਮਝਣਾ, ਕਿਉਂਕਿ ਜੋ ਵੀ ਅਸੀਂ ਕਰ ਰਹੇ ਹਾਂ, ਅਸੀਂ ਇਹ ਵਰਕਸ਼ਿਪ ਹੀ ਅਸੀਂ ਮੈਡੀਟੇਸ਼ਨ ਕਰ ਰਹੇ ਹਾਂ, ਇਸ ਚੀਜ਼ ਨੂੰ ਈਸ਼ਵਰਾ ਦੀ ਮੈਡੀਟੇਸ਼ਨ ਹੈ। ਜੇ ਅਸੀਂ ਇਹਨੂੰ ਜਿੰਨਾ ਅੱਛੀ ਕਰਦੇ ਜਾਵਾਂਗੇ ਓਨਾ ਹੀ ਵੱਧਦਾ ਜਾਏਗਾ, ਠੀਕ ਹੈ? ਕਰੋ ਸਾ ਨੀ ਧਾ ਪਾ, ਪਹਿਲੇ ਨੀਚੇ ਵਾਲੇ ਸਵਰ ਪਾ ਤੋਂ ਲੈ ਕੇ ਫਿਰ ਮੱਧ ਸਪਤਕ ਦੇ ਪਾ ਤੱਕ ਜਾਣਾ, ਠੀਕ ਹੈ? ਆਵਾਜ਼ ਨਹੀਂ ਆ ਰਹੀ? ਧਾਪਾ ਤਾਂ ਨਹੀਂ ਲੱਗਦਾ, ਧਾ ਧਾ ਦੁਬਾਰਾ ਲਗਾਓ। ਆ
नहीं बनी गल थोड़ा थोड़ा आगे बढ़ो रेगा मापा द्वारा आवाज विच कटनी पे कट पेगी हाँ मन लग रहा है थोड़ा जा Mm.
अपनी चार थोड़ी आवाज कर ऐसा करो, एनु अंदर लगाओ, एना मुंह खोलना है। ओके ठीक है। बोले ही नहीं, अंदर पाके पा करो। एक मिनट। और लगता है, पर अपने घर च रियाज करने ली कोई दिक्कत नहीं, अपने घर च इधर यार फिर आदत बन जाएगी। तुसी पहले इन्ना मुंह खोल के गाओगे, ता तुसी जब इन्ना मुंह खोल के सिर्फ गायकी करोगे ना, तो तुहाडी उन्नी की आवाज निकलेगी जिन्नी इहदे च निकलदी सीगी। ठीक है, पर प्रैक्टिस असी ऐदा ही करनी है हमेशा, पर जब तुसी गावांगे तो तुसी ऐदा गावांगे। ठीक है, वो जरूरी नहीं है, मतलब जिथे खोलना पएगा असी ओदा भी खोलांगे, पर ज्यादातर हुण असी उधर इन्ना होके गावांगे तो काफी ऑड लगेगा, है ना। प्रैक्टिस अभी ऐसा ही करनी है मुंह खोल के। चलो एनु आकार कहने ने, आकार पता ही होगा वैसे। चलो आवाज से गुलाई आनी चाहिए, वो नहीं आ रही। देखिए, अगर से मेरा फेस मतलब मेरा जरा माउथ है वो राउंड शेप से है, वो राउंड शेप से ही रखो। चलो दम लग गया, एच बहुत दम लगेगा। तानपुरा सुनाई नहीं दे रहा, सुनाई नहीं दे रहा, क्यों है? तानपुरा तानपुरा ठीक है। अजय इत्थो है, इत्थो आने से थोड़ा सा टाइम लगेगा, पर करण नाल ताई हो, नहीं तो नहीं आएगा फिर। परनु लॉन्ग लॉन्ग रखना है। ऐवी चीज ध्यान रखनी है, जेकर गले च जोर पै रहा है इसका मतलब तुसी गलत रियाज कर रहे हो। आ करते समय गले ते जोर नहीं पैना चाहिए, पेट ते ही जोर पैना चाहिए। खांसी आई मैंने लग गया शायद कि गले ते जोर पै पै
ਇੱਕ ਵਾਰੀ ਪਿਆਸੀ ਵਿੱਚ ਇੱਕ ਬਸ ਥੋੜਾ 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 ਜਿਹਾ ਪਿਆਸੀ ਮੈਂ ਪੂਰੀ ਕੋਸ਼ਿਸ਼ ਕਰ ਸੀ ਪੇਟ ਭਰਨ ਕਰੋ ਮੂੰਹ ਹੋਰ ਖੁੱਲ ਸਕਦਾ ਹੈ ਘੱਟ ਖੋਲਿਆ ਫੇਸ ਥੋੜਾ ਜਿਹਾ ਨੀਚੇ ਕਰਕੇ ਫਿਰ ਖੋਲੋ ਹਾਂ ਬਸ ਇੰਨਾ ਸਿੱਧਾ ਨਹੀਂ ਰੱਖਣਾ ਥੋੜਾ ਜਿਹਾ ਨੀਚੇ ਰੱਖਣਾ ਅੰਦਰਪ੍ਰੀਤ ਨੇ ਦੱਸਿਆ ਨੀ ਕਿ ਏਦਾਂ ਪ੍ਰੈਕਟਿਸ ਕਰਦੀ ਆ ਇੱਦਾਂ ਕਰਕੇ ਨੀ ਬੇਸੁਰਾ ਨਹੀਂ ਹੋਣਾ ਜਿਹੜਾ ਪਹਿਲੇ ਹਮਿੰਗ ਤੁਹਾਨੂੰ ਕਰਾਈ ਸੀ ਕਿ ਨਾ ਉਸ ਹਮਿੰਗ ਦੁਆਰਾ ਹੀ ਮਾਂ ਨੂੰ ਚੱਕੋ ਫੇਸ ਥੋੜਾ ਜਿਹਾ ਨੀਚੇ ਫੇਸ ਬਰਾਬਰ ਸਿੱਧਾ ਨਹੀਂ ਰੱਖਣਾ ਰੇ ਰੇ ਦਾ ਏ ਦਾ ਸਾਊਂਡ ਹੈ ਤੇ ਏ ਦੋ ਉਂਗਲਾਂ ਦਾ ਗੈਪ ਹੋਣਾ ਚਾਹੀਦਾ ਹੈ ਪਰਫੈਕਟ ਨਹੀਂ ਹੋ ਰਿਹਾ ਕੋਈ ਨਹੀਂ ਮਧਿਆ ਸਪਤਕ ਦੇ ਪੰਚਮ ਦੇ ਚਲੋ ਗਾ ਵਾਹਿ
ਵਾਹ